बेनते का पोतरा रौला पाता फिर भी परचे तो डर गया सिंह उन्होंने कहा मैं इतने खड़ा जे तू वाकई वह पोतरा है जो मानता है तो प्यो का पुत बन के इतने आ जा इन्होंने कहा भी बंदा साढ़ा पेश करो अभी आप बंदे वेखा जे बंदे टॉर्चर किया हो फिर इन्हों दसागे भी की भाव दिखती है अच्छ सिंह इन्होंने पूछा की सबूत है तेरे को आके अजे तक वजीर कड़ी है प्रशासन के लिए कभी दिक्कत नहीं पैदा की थी कोई रोड नहीं जाम किया जे कि कोई गल हुई साइड से खड़ के सारे लंगर दिता है पर यह तरीका कर गलत है पहला साढ़े सिंह फौजी को गिरफ्तार किया सारे केस जी इन्हें अगर फैर कटे फैर कटने के केस भी बंदे गिरफ्तार हो जाते फिर वो रफल जमा करनी जी रफल चो फैर कटे वो रफल इन्हों की उन्हें जमा करा के दूजी चेंज की वो रफल अजे तक थाने पई है ये बंद ने फिर परचा कैंसल किया रातों रात काम असं उदन भी आ कर सकते सी मैं क्या शायद गलती आके तो परचा हो गया किसी की चुक च आ के पर तुम मैं दसो भी जे को परचा करना मेरे लायक का परचा तो कराया करो कोई मतलब परचा ऐसा करो भी असं दुनिया में दसन जोगे परचा होया एक बंदा उठ के सवेरे कह दे मैं कहना आ फलाना सिंह कहता भी मैं मुख्यमंत्री ने पुटा करो परचा मुख्यमंत्री गैना के भी परचे दर्ज होंगे पर आप जापता बना के रखना है गुरबाणी का जाप शुरू करिए लंगर प्रशादा आया वो छकीए जल पानी छकीए तो आप होर संगत पहुँच रही हैं उन्होंने स्वागत भी करना है जोड़े सिंह सेवादार है वो सेवा सामभ लैन जोड़े लंगर बरता सकते लंगर बरताओ जो क्योंकि इतने दवान सजने हैं तो इतने अमृत संचार भी होना ਕਲਗੀ ਦੇ ਸਕਦਾ ਜੇਲ ਦਾ ਕੋਈ ਅੱਜ ਹਰਿਆਣੇ ਤੋਂ ਸਿੰਘ ਆ ਗਏ ਅੰਮ੍ਰਿਤ ਛੱਡਣ ਲਈ ਪੰਜਾਬ ਵਾਲੇ ਆਪਣੇ ਕੀ ਗੱਲ ਹੈ ਇਹ ਕਿੱਥੇ ਲੈ ਕੇ ਮਰਨਾ ਸਿਰ ਜਿਹੜਾ ਕਲਗੀ ਵਾਲੇ ਦਾ ਸਿਰ ਨਹੀਂ ਉਹ ਸਿਰ ਦਾ ਕੋਈ ਮੁੱਲ ਨਹੀਂ ਜੇ ਉਹਨੂੰ ਨਹੀਂ ਦੇ ਸਕਦੇ ਹਕੂਮਤਾਂ ਅੱਗੇ ਕਿੱਦਾਂ ਮਾਰ ਦੇਣਗੇ ਚੁੱਕੋ ਹੱਥ ਤਾਂ ਸਿਰ ਦੇਣਾ ਪੈਣਾ ਚਕਾਰਾ ਛੱਡੋ ਮੈਂ ਕੌਮ ਨਾਲ ਬੜੀ ਵਾਰ ਵਾਅਦਾ ਕੀਤਾ ਮਹਾਰਾਜ ਦੀ ਹਜ਼ੂਰੀ ਚ ਖੜ ਕੇ ਅੱਜ ਫਿਰ ਖੜਾ ਤੁਹਾਨੂੰ ਬਹੁਤ ਲੋਕ ਗੱਲਾਂ ਕਰਨਗੇ ਬਹੁਤ ਕਹਿਣਗੇ ਲੋਕਾਂ ਦੇ ਪੁੱਤ ਮਰਵਾ ਦੂ ਆਪ ਕਿਤੇ ਚੱਲ ਜੂ ਮੈਂ ਇਹ ਗੱਲ ਕਹਿੰਦਾ ਮੇਰਾ ਲਹੂ ਇਸ ਧਰਤੀ 'ਤੇ ਡੁੱਲੂਗਾ ਜਿੱਦਣ ਵੀ ਡੁੱਲਿਆ ਇਸ ਧਰਤੀ ਦੀ ਜਿਹੜੀ ਮਿੱਟੀ ਹੈ ਇਹਦੀ ਖਾਤਰ ਧਰਮ ਦੀ ਖਾਤਰ ਜਿਹੜਾ ਮੇਰਾ ਸਿਰ ਹੈ ਲੱਗੂਗਾ ਇਹ ਬਚਨ ਕੋਈ ਮੈਂ ਕਹਿਣ ਨੂੰ ਨਹੀਂ ਕਹਿੰਦਾ ਮੈਂ ਤਾਂ ਨੌਜਵਾਨਾਂ ਨੂੰ ਕਹਿੰਦਾ ਤੁਹਾਨੂੰ ਬਥੇਰੇ ਭੜਕਾਉਂਦੇ ਨੇ ਬਥੇਰੇ ਕਈ ਪੰਥ ਖਗਵਾਉਣ ਵਾਲੇ ਖੌਤੀ ਇਹ ਕਹਿੰਦੇ ਨੇ ਇਹ ਲੋਕਾਂ ਦੇ ਪੁੱਤ ਬਣਾਉਣ ਆਇਆ ਮੈਂ ਲੋਕਾਂ ਦੇ ਪੁੱਤ ਨਹੀਂ ਬਣਾਉਣਾ ਜਦੋਂ ਬੈਰੀਕੇਡਿੰਗ ਹੋਈ ਸੀ ਆਪ ਉਤਰ ਕੇ ਗੱਡੀ 'ਚੋਂ ਆਇਆ ਕਿ ਜੇ ਕੁਝ ਵੱਜਦਾ ਤਾਂ ਪਹਿਲਾਂ ਮੇਰੇ ਵੱਜਦਾ ਇਹੋ ਜਿਹਾ ਬੰਦਾ ਨਹੀਂ ਅਤੇ ਭਾਈ ਮੈਂ ਪਿੱਛੇ ਖੜ ਕੇ ਤਮਾਸ਼ਾ ਵੇਖਾਂ ਮੈਂ ਜਿੱਦਣ ਵੀ ਜੰਗ ਲੱਗੀ ਆਪ ਮੂਹਰੇ ਹੋ ਕੇ ਲੜੂੰਗਾ जिन्हें नहीं छड़िया अज छड़ना अज प्रण करना कोई त्रिग लाण ते साडे जीवन ते कलगी वाले ने उंगल करके आख्या साडे वल तीन पुत्र के शीश पर मार दिए सब चार चार मोए तो क्या हुआ जीवन कई हजार बाबा अजीत सिंह का
ਸਾਰਾ ਸਰੀਰ ਬੰਨਿਆ ਗਿਆ ਤੀਰਾਂ ਦੇ ਨਾਲ ਤੇ ਅਸੀਂ ਜਿੰਨੇ ਕਲਗੀ ਵਾਲੇ ਨੇ ਸਾਨੂੰ ਉਹ ਤੋਂ ਵੱਧ ਪਿਆਰ ਕੀਤਾ ਅਸੀਂ ਠੀਕ ਹੈ ਨਾਲ ਆਪਣੀਆਂ ਨਾੜਾਂ ਦੇਣੀਆਂ ਤੁਸੀਂ ਦੱਸੋ ਇਹ ਕੋਈ ਬੰਦਿਆਂ ਵਾਲਾ ਕੰਮ ਹੈ ਠੀਕ ਹੈ ਲਾ ਕੇ ਮਰ ਜਾਣਾ ਕੋਈ ਬੰਦਿਆਂ ਵਾਲਾ ਕੰਮ ਹੈ ਜੇ ਮਰਨਾ ਇਸ ਧਰਤੀ ਲਈ ਇਸ ਮਿੱਟੀ ਲਈ ਇਸ ਪੰਜਾਬ ਲਈ ਇਸ ਪੰਥ ਲਈ ਤੇ ਗੁਰੂ ਦੇ ਚਰਨਾਂ ਚ ਬਣਾਂਗੇ ਉਦਾਂ ਕੋਈ ਬਗੈਰ ਦੀ ਮੌਤ ਨਹੀਂ ਅਸੀਂ ਮਰਨਾ ਰਹਿਰਾ ਸਾਹਿਬ ਦਾ ਜਾਪ ਕਰਦਿਆਂ ਕਰਦਿਆਂ ਹੀ ਇਹਨਾਂ ਨੂੰ ਕਿਹਾ ਵੀ ਬੰਦਾ ਸਾਡਾ ਪੇਸ਼ ਕਰੋ ਅਸੀਂ ਆਪ ਬੰਦੇ ਨੂੰ ਵੇਖਾਂਗੇ ਜੇ ਬੰਦੇ ਨੂੰ ਟੌਰਚਰ ਕੀਤਾ ਹੋਇਆ ਫਿਰ ਇਹਨਾਂ ਨੂੰ ਦੱਸਾਂਗੇ ਵੀ ਕੀ ਭਾਅ ਵਿਕਦੀ ਹੈ ਇੱਕ ਝੂਠਾ ਸੱਚਾ ਅੱਜ ਸਿੰਘੋ ਇਹਨਾਂ ਨੂੰ ਪੁੱਛਿਆ ਕੀ ਸਬੂਤ ਹੈ ਤੁਹਾਡੇ ਕੋਲ ਆ ਕੇ ਇੱਕ ਤੁੱਕੀ ਦਾ ਸਬੂਤ ਨਹੀਂ ਸਿਰਫ ਉਸ ਬੰਦੇ ਦਾ ਬਿਆਨ ਹੈ ਜਿਹਦਾ ਪੀਜੀਓ ਇਲਾਜ ਚੱਲਦਾ ਹੈ ਬਹੁਤ ਬੰਦਿਆਂ ਨੇ ਬਹੁਤ ਧਿਰਾਂ ਨੇ ਕਿਹਾ ਮੇਰਾ ਪਰਸਨਲ ਮੁੱਦਾ ਤੁਸੀਂ ਮੈਨੂੰ ਦੱਸੋ ਇਹੋ ਜਿਹਾ ਦੁੱਕੀ ਦਾ ਪਰਚਾ ਮੈਂ ਇਹਨਾਂ ਨੂੰ ਕਿਹਾ ਸੀ ਪਰਚਾ ਪਾਇਓ ਜੇ ਕੋਈ ਪਾਉਣ ਵਾਲਾ ਹੋਊ ਕੋਈ ਕਤਲ ਦਾ ਪਰਚਾ ਹੋਵੇ ਕੋਈ ਕਿਸੇ ਹੋਰ ਚੀਜ਼ ਦਾ ਪਰਚਾ ਹੋਵੇ ਬੰਦਾ ਕਹਿੰਦਾ ਵੀ ਅਭੀ ਪਿਆ ਵਾ ਆਹ ਕੀ ਪਰਚਾ ਪਾਇਆ ਜੀ ਤੁਸੀਂ ਇਹ ਜੀ ਬੰਦਾ ਆਉਂਦਾ ਮੈਨੂੰ 35 ਬੰਦੇ ਨੇ 3 ਘੰਟੇ ਕੁੱਟਿਆ ਦੋ ਬੰਦੇ ਇੱਕ ਬੰਦੇ ਨੂੰ ਅੱਧਾ ਘੰਟਾ ਕੁੱਟ ਲੈਣ ਬੰਦਾ ਉੱਠਦਾ ਨਹੀਂ ਆਪ ਪੱਤੇ ਚੜ ਕੇ ਗਿਆ ਫਿਰ ਆਮ ਆਦਮੀ ਪਾਰਟੀ ਦੇ ਲੀਡਰ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦਾ ਫਿਰਦਾ ਹੁਣ ਤੁਸੀਂ ਦੱਸੋ ਸਰਕਾਰੀ ਪਰਚਾ ਕਿ ਨਹੀਂ ਸਰਕਾਰੀ ਪਰਚਾ ਭਗਵੰਤ ਮਾਨ ਨੂੰ ਮੈਂ ਅਪੀਲ ਕਰਦਾ ਪੰਜਾਬ ਦਾ ਮੁੱਖ ਮੰਤਰੀ ਹੈ ਦੀਪ ਸਿੱਧੂ ਨੇ ਕਿਹਾ ਸੀ ਬੇਅੰਤੇ ਵਾਲੇ ਰਾਹ ਤੇ ਨਾ ਤੁਰ ਤੂੰ ਤੁਰ ਪਿਆ ਬੇਅੰਤੇ ਵਾਲੇ ਰਾਹ ਤੇ ਨਾ ਤੁਰ ਤੂੰ ਤੁਰ ਪਿਆ ਪਰ ਤੈਨੂੰ ਇਹ ਨੀ ਪਤਾ ਵੀ ਇਸ ਸੰਗਤ ਦੇ ਵਿੱਚ ਕਿੰਨੇ ਦਿਲਾਵਰ ਸਿੰਘ ਪੈਦਾ ਹੋ ਗਏ ਮੈਂ ਉਹਦਾ ਨਾਂ ਨੀ ਜਬਾਨੋਂ ਲੈਂਦਾ ਜਬਾਨ ਗੱਡੀ ਹੋ ਜਾਂਦੀ ਹੈ ਮਹਾਰਾਜ ਜੀ ਚੂਰੀ ਚ ਖੜੇ ਹੈ ਬੇਅੰਤੇ ਦਾ ਪੋਤਰਾ ਰੌਲਾ ਪਾਉਂਦਾ ਫਿਰਦਾ ਵੀ ਪਰਚੇ ਤੋਂ ਡਰ ਗਿਆ ਸਿੰਘ ਉਹਨੂੰ ਕਹਿ ਮੈਂ ਇੱਥੇ ਖੜਾ ਜੇ ਤੂੰ ਵਾਕਿਆ ਉਹਦਾ ਪੋਤਰਾ ਹੈ ਜਿਹਦਾ ਮੰਨਦਾ ਹੈ ਤੇ ਪਿਓ ਦਾ ਪੁੱਤ ਬਣ ਕੇ ਇੱਥੇ ਆਜ ਖੁੱਲੀ ਚੁਣੌਤੀ ਦਿੱਤੀ ਹੈ ਸਰਕਾਰ ਨੂੰ ਵੀ ਭਾਈ ਇੱਥੇ ਖੜਾ ਸਾਡੇ ਕਈ ਭਰਾਵਾਂ ਦੇ ਤੁਸੀਂ ਮੁਕਾਬਲੇ ਬਣਾਏ ਆ ਮੇਰਾ ਆਪਣਾ ਤੋਂ ਹੁਣ ਜੇ ਮੌਤ ਤੋਂ ਡਰਦਾ ਹੁੰਦਾ ਮੈਂ ਬਾਹਰੋਂ ਨਹੀਂ ਸੀ ਆਉਣਾ ਨਾ ਮੌਤ ਦਾ ਡਰ ਹੈ ਨਾ ਜੇਲ੍ਹ ਜਾਣ ਦਾ ਡਰ ਹੈ ਪਰ ਜੇਲ੍ਹ ਜਿੱਦਣ ਜਾਵਾਂਗੇ ਉਹ ਕਰਕੇ ਤੇ ਜਾਵਾਂਗੇ ਝੂਠੇ ਪੁਰਜਾਂ ਦੇ ਕਦੋਂ ਜੇਲ੍ਹ ਜਾਈਏ ਰਾਹੀਂ ਮੈਂ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਸੰਗਤ ਥਾਵਾਂ ਥਾਵਾਂ ਤੇ ਰੋਕੀ ਹੈ ਮਖੂ ਦੇ ਇਲਾਕੇ 'ਚ ਸਾਡੇ 20 ਸਿੰਘ ਲਾਪਤਾ ਕੀਤੇ ਨੇ ਪੁਲਿਸ ਨੇ 11 ਸਿੰਘ ਮਖੂ ਥਾਣੇ 'ਚ ਗ੍ਰਿਫਤਾਰ ਨੇ ਹੋਰ ਸਿੰਘ ਹਰੀਕੇ ਹੱਡ ਤੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀਆਂ ਬੱਸਾਂ ਖੋਹ ਲਈਆਂ ਗਈਆਂ ਸੰਗਤਾਂ ਨੂੰ ਜਬਰੀ ਦਰਬਾਰ ਸਾਹਿਬ ਭੇਜਿਆ ਗਿਆ ਇਹ ਸਾਰੇ ਮਸਲਿਆਂ 'ਚ ਮੈਂ ਸੰਗਤ ਨੂੰ ਕਹਿੰਦਾ ਵੀ ਆਪਾਂ ਇਹ ਸਾਰੇ ਮਸਲੇ ਹੱਲ ਕਰਾ ਕੇ ਉੱਠਣਾ ਨਹੀਂ ਤੇ ਇਹ ਜਾਣਨ ਇਹਦਾ ਕੰਮ ਜਾਣੇ ਕਹਿੰਦੇ ਕੋਰਟ ਦਾ ਕੰਮ ਹੁੰਦਾ ਮੈਂ ਕਿਹਾ ਜਿੱਦਣ ਪੇਸ਼ ਕਰਨਾ ਸੀ ਐਤਵਾਰ ਨੂੰ ਦਵਾਨ ਸਿੰਘ ਨੂੰ ਲੈ ਕੇ ਐਤਵਾਰ ਜਦ ਛੁੱਟੀ ਜਾਂਦੇ ਜਦੋਂ ਆਪਣੀ ਮਰਜ਼ੀ ਸੀ ਰਾਤ 12 ਵਜੇ ਅਦਾਲਤ ਖੁੱਲ ਜਾਂਦੀ ਹੈ ਜਦੋਂ ਪਰਚਾ ਕੈਂਸਲ ਕਰਨਾ ਹੋਵੇ ਫਿਰ ਇਹ ਕਹਿੰਦੇ ਨੇ ਸਾਨੂੰ ਘੰਟੇ ਇੰਨੇ ਚਾਹੀਦੇ ਆ ਸਾਨੂੰ ਭਾਈ ਘੰਟੇ ਡੇਢ ਘੰਟੇ 'ਚ ਕਾਰਵਾਈ ਕਰੋ ਜਿਹੜੀ ਕਰਨ ਵਾਲੀ ਆ ਕਾਗਜ਼ ਬਣਾਏ ਨੇ ਲਿਖਦਿਆਂ ਟਾਈਮ ਲੱਗਦਾ ਪੜ੍ਹਦਿਆਂ ਕੋਈ ਟਾਈਮ ਨਹੀਂ ਲੱਗਦਾ ਹੁੰਦਾ ਇੱਕ ਸੰਗਤ ਨੂੰ ਮੈਂ ਬੇਨਤੀ ਕਰਨੀ ਹੈ ਇਹ ਸਾਡੇ ਵੈਸੇ ਭਰਾ ਨੇ ਪੁਲਿਸ ਵਾਲੇ ਅੱਗਾਂ ਇਹਨਾਂ ਵੀ ਸਰਾਂ ਤੇ ਬੰਨੀ ਹੈ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਅੰਦਰ ਮੈਂ ਕਿਹਾ ਕਿਉਂ ਭਾਈ ਕਿਹਦੇ ਲਈ ਪੰਜਾਬ ਛੱਡਣਾ ਭਈਆਂ ਵਾਸਤੇ ਆਪਣਾ ਕੋਈ ਅਫਸਰ ਨਹੀਂ ਰਿਹਾ ਇੱਥੇ ਇਹਨਾਂ ਦੇ ਬੱਚੇ ਆਪ ਬਾਹਰ ਚੱਲ ਗਏ ਸੋ ਇਹਨਾਂ ਨਾਲ ਪ੍ਰੇਮ ਪਿਆਰ ਨਾਲ ਹੀ ਸਲੂਕ ਕਰਨਾ ਇਹਨਾਂ ਨੂੰ ਮੈਂ ਦੇਰ ਦੀ ਤਾੜਨਾ ਕਰਤੀ ਹੈ ਵੀ ਭਾਈ ਸਾਡੇ 'ਚ ਕਿਸੇ ਸਿੰਘ ਦਾ ਹੱਥ ਨਹੀਂ ਚੁੱਕਣਾ ਤੁਸੀਂ ਮਾੜੀ ਨਿਗ੍ਹਾ ਨਾਲ ਵੇਖਣਾ ਤੱਕ ਨਹੀਂ ਸਾਰੇ ਬੰਦੇ ਰਿਹਾ ਕਰਨੇ ਆ ਪਰ ਆਪਾਂ ਪੂਰੇ ਜਾਪਦੇ 'ਚ ਰਹਿਣਾ ਕੋਈ ਕਿਸੇ ਚੀਜ਼ ਦਾ ਨੁਕਸਾਨ ਆਪਾਂ ਨਹੀਂ ਕਰਨਾ
ਇਹ ਇਲਜ਼ਾਮ ਨਹੀਂ ਲਾਉਣਾ ਕਿ ਮਹਾਰਾਜ ਜੀ ਹਜੂਰੀ 'ਚ ਆਏ ਸੀ ਅਤੇ ਇਹਨਾਂ ਨੇ ਕੋਈ ਭੰਨ ਤੋੜ ਕੀਤੀ ਹੈ। ਇਹ ਅਸੀਂ ਆਪਣੇ 'ਤੇ ਇਲਜ਼ਾਮ ਨਹੀਂ ਲੱਗਣ ਦੇਣਾ। ਹਾਂ, ਜੇ ਸਾਨੂੰ ਕਰਨਗੇ ਫਿਰ ਅਸੀਂ ਫੈਸਲਾ ਕਰਾਂਗੇ ਬੈਠ ਕੇ ਕਿ ਕੀ ਕਰਨਾ। ਉਦੋਂ ਵੀ ਆਪ ਉਧਰੀ ਨਹੀਂ ਕਰਨੀ ਕਿਸੇ ਮੇਰੇ ਇਜਾਜ਼ਤ ਤੋਂ ਬਿਨਾਂ। ਅਤੇ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਜੋ ਛੋਟਾ ਵੱਡਾ, ਅਤੇ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਨ੍ਹਾਂ ਚਿਰ ਕੋਈ ਕਾਰਵਾਈ ਨਹੀਂ ਕਰ।